ਕਹਿੰਦੇ ਆਹ ਚੀਜ਼ ਫਾਰਮ ਦੇ ਵਿੱਚ ਆ ਜਾਏ ਨਾ ਤਾਂ ਆਪਣਾ ਜਿਹੜਾ ਕੰਮ ਆ ਬਹੁਤ ਸੌਖਾ ਹੋ ਜਾਂਦਾ ਗਾ। ਇਹਨੂੰ ਬਈ TMR ਕਹਿੰਦੇ ਆ। ਇਹਦੇ ਵਿੱਚ ਸਾਰੀਆਂ ਚੀਜ਼ਾਂ ਮਿਕਸ ਹੋ ਜਾਂਦੀਆਂ ਨੇ, ਤੂੜੀ, ਸਾਈਲੇਜ, ਫੀਡ, ਕੋਈ ਹੋਰ ਕੁਛ ਵੀ ਤੁਸੀਂ ਮਿਕਸ ਕਰਨਾ ਇਹਦੇ ਵਿੱਚ ਹੋ ਜਾਂਦਾ। ਅਤੇ ਸਵੇਰੇ ਇਹ ਪਾ ਕੇ ਜਿਹੜਾ ਹੈਗਾ ਦਾਣਾ ਚਾਰਾ ਪਸ਼ੂਆਂ ਨੂੰ ਰੱਖ ਦਿੰਦੇ ਆ, ਅਤੇ ਲਗਭਗ ਇਹ ਜਦੋਂ ਜੀ ਕਰਦਾ ਇਹਨਾਂ ਗਾਵਾਂ ਦਾ ਇਹ ਉਦੋਂ ਖਾ ਲੈਂਦੀਆਂ। ਹੁਣ ਤੁਸੀਂ ਦੇਖੋ ਆਹ ਗਾਂ ਖਾ ਰਹੀ ਹੈ ਅਤੇ ਉਹ ਜਿਹੜੇ ਮਗਰਲੇ ਪਸ਼ੂ ਬੈਠੇ ਉਹ ਆਰਾਮ ਨਾਲ ਬੈਠੇ ਆਪਣਾ ਆਰਾਮ ਕਰ ਰਹੇ ਆ। ਸੋ ਇਹ ਹੁੰਦੀ ਹੈ ਜੀ ਇਨਵਾਇਰਮੈਂਟ, ਮੈਂਟਲ ਹੈਲਥ ਹੁੰਦੀ ਆ ਪਸ਼ੂਆਂ ਦੀ। ਅਤੇ ਜਦੋਂ ਇਹਨਾਂ ਜੀ ਕਰੇ ਇਹ ਖਾ ਸਕਦੇ ਆ ਅਤੇ ਜਦੋਂ ਜੀ ਕਰੇ ਇਹ ਪਾਣੀ ਪੀ ਲੈਣ। ਸੋ ਇਹ ਇਨਵਾਇਰਮੈਂਟ ਇਹਨਾਂ ਗਾਵਾਂ ਨੂੰ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ। ਧੰਨਵਾਦ।